ਸੰਗਰੂਰ ਦੇ ਦੋ ਪਿੰਡਾਂ ਦੇ ਖੇਤਾਂ ਦੇ ਵਿੱਚ ਅੱਗ ਲੱਗੀ ਹੈ। ਕਈ ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ ਹੈ। ਸ਼ੇਰੋਂ ਪਿੰਡ ਦੇ ਵਿੱਚ 5 ਏਕੜ ਕਣਕ ਨੂੰ ਅੱਗ ਲੱਗੀ ਹੈ। ਲਾਡ ਬੰਜਾਰਾ ਕਲਾਂ ਦੇ ਵਿੱਚ ਕਰੀਬ 3 ਏਕੜ ਕਣਕ ਸੜ ਕੇ ਸਵਾਹ ਹੋ ਗਈ ਹੈ। ਬਿਜਲੀ ਦੀ ਸ਼ਾਰਟ ਸਰਕਟ ਦੇ ਕਾਰਨ ਇਹ ਅਚਾਨਕ ਅੱਗ ਲੱਗੀ। ਕਿਸਾਨਾਂ ਨੇ ਟਰੈਕਟਰ ਤੇ ਫਾਇਰ ਬ੍ਰਿਗੇਡ ਦੇ ਨਾਲ ਅੱਗ ਤੇ ਕਾਬੂ ਪਾਇਆ। ਸੰਗਰੂਰ ਦੇ ਲੜ ਵਣਜਾਰਾ ਕਲਾਂ ਅਤੇ ਸ਼ੇਰੋਂ ਪਿੰਡ ਦੇ ਵਿੱਚ ਕਣਕ ਦੀ ਫਸਲ ਨੂੰ ਦਰਅਸਲ ਅੱਗ ਲੱਗੀ ਹੈ। ਸ਼ੇਰੋਂ ਪਿੰਡ ਦੇ 5 ਏਕੜ ਜਿਹੜੇ ਕਿ ਅੱਗ ਦੀ ਚਪੇਟ ਦੇ ਵਿੱਚ ਆ ਗਏ ਨੇ। ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਅੱਗ ਲੱਗੀ ਹੈ ਅਤੇ ਉਸ ਤੋਂ ਬਾਅਦ 'ਚ ਕਿਸਾਨਾਂ ਦੇ ਵੱਲੋਂ ਟਰੈਕਟਰ ਦੀ ਮਦਦ ਦੇ ਨਾਲ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਾਫੀ ਭਿਆਨਕ ਅੱਗ ਤਸਵੀਰਾਂ 'ਚ ਵੇਖੀ ਜਾ ਸਕਦੀ ਹੈ, ਲਗਾਤਾਰ ਜੋ ਕਿ ਤੇਜ਼ੀ ਦੇ ਨਾਲ ਫੈਲ ਰਹੀ ਹੈ। ਹਾਲਾਂਕਿ ਇਸ ਦੇ ਵਿੱਚ ਵਾਲੇ ਕਿਸਾਨਾਂ ਦੇ ਵੱਲੋਂ ਖੁਦ ਹੀ ਮੋਰਚਾ ਸੰਭਾਲਿਆ ਗਿਆ, ਟਰੈਕਟਰਾਂ ਦੇ ਜ਼ਰੀਏ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਕਣਕ ਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਫਿਰ ਬਿਲਕੁਲ ਉਸਦੇ ਅੱਗੇ ਥੋੜ੍ਹੀ ਦੂਰੀ 'ਤੇ ਜਿੱਥੇ ਅੱਗ ਲੱਗੀ ਹੁੰਦੀ ਹੈ ਉਸ ਤੋਂ ਥੋੜ੍ਹੀ ਦੂਰੀ 'ਤੇ ਜਿਹੜੀ ਫਸਲ ਨੂੰ ਵਾਹ ਦਿੱਤਾ ਜਾਂਦਾ ਤਾਂ ਜੋ ਵਿੱਚ ਗੈਪ ਪੈ ਜਾਵੇ ਅਤੇ ਅੱਗ ਤੇਜ਼ੀ ਦੇ ਨਾਲ ਅੱਗੇ ਹੋਰ ਨਾ ਵੱਧ ਸਕੇ। ਅਤੇ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਕਿ ਕਿਵੇਂ ਅੱਗ ਲਗਾਤਾਰ ਤੇਜ਼ੀ ਦੇ ਨਾਲ ਵੱਧਦੀ ਹੋਈ ਨਜ਼ਰ ਆ ਰਹੀ ਹੈ। ਇਸੇ ਖਬਰ 'ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ। ਚਰਨਜੀਤ, ਫਿਲਹਾਲ ਦੀ ਕੀ ਕੋਈ ਜਾਣਕਾਰੀ, ਕੀ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਜਾਂ ਅਜੇ ਵੀ ਅੱਗ ਲੱਗੀ ਹੋਈ ਹੈ? ਕਿੰਨਾ ਕੁ ਵੱਡਾ ਨੁਕਸਾਨ ਹੋਇਆ ਕਿਸਾਨਾਂ ਦੀ ਫਸਲ ਦਾ? ਪਰਮਿੰਦਰ, ਤੁਹਾਨੂੰ ਦੱਸ ਦਈਏ ਕਿ ਹੁਣ ਤਾਂ ਲਗਭਗ ਜਿਹੜਾ ਖੇਤਾਂ ਦੇ ਵਿੱਚ ਅੱਗ ਲੱਗੀ ਸੀ ਉਹਦੇ ਉੱਪਰ ਕਾਬੂ ਪਾ ਲਿਆ ਗਿਆ, ਪਰ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ। ਬਿਲਕੁਲ ਪੱਕੀ ਹੋਈ ਫਸਲ ਜਿਹਨੂੰ ਕਿ ਅੱਜ ਜਾਂ ਕੱਲ੍ਹ ਦੇ ਵਿੱਚ ਜਿਹੜਾ ਕਿਸਾਨ ਨੇ ਵੱਢਣਾ ਸੀ ਤਾਂ ਉਸਨੂੰ ਅੱਗ ਲੱਗ ਗਈ। ਅੱਗ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਰਿਹਾ, ਪਰ ਅੱਗ ਇੰਨੀ ਜ਼ਿਆਦਾ ਸੀ ਕਿ ਸ਼ੇਰੋਂ ਪਿੰਡ ਦੇ ਖੇਤਾਂ ਤੋਂ ਅੱਗ ਚੱਲਦੀ ਚੱਲਦੀ ਲਾੜ ਬੰਜਾਰਾ ਕਲਾਂ ਪਿੰਡ ਦੇ ਵਿੱਚ ਵੀ ਪਹੁੰਚ ਗਈ, ਤਾਂ ਤਕਰੀਬਨ 5 ਏਕੜ ਦੇ ਲਗਭਗ ਜਿਹੜੀ ਹੈਗੀ ਆ ਸ਼ੇਰੋਂ ਪਿੰਡ ਦੇ ਵਿੱਚ ਜਿਹੜੀ ਆ ਕਣਕ ਖੜੀ ਹੋਈ, ਕਿਸਾਨਾਂ ਦੀ ਪੱਕੀ ਹੋਈ, ਸੜਕੇ ਸਵਾਹ ਹੋਈ ਹੈ, ਜਦਕਿ 3 ਏਕੜ ਦੇ ਲਗਭਗ ਲਾੜ ਬੰਜਾਰਾ ਕਲਾਂ ਦੇ ਵਿੱਚ ਜਿਹੜਾ ਹੈਗਾ ਵੱਡਾ ਨੁਕਸਾਨ ਹੋਇਆ। ਤਾਂ ਕਿਸਾਨਾਂ ਨੇ ਵੀ ਖੁਦ ਆਪਣੇ ਟਰੈਕਟਰਾਂ ਦੇ ਨਾਲ ਤਵੀਆਂ ਪਾ ਕੇ ਮੌਕੇ ਦੇ ਉੱਪਰ ਜਿਹੜਾ ਹੈਗਾ ਪਾਣੀ ਦੀਆਂ ਬਾਲਟੀਆਂ ਨਾਲ ਹਰ ਇੱਕ ਤਰੀਕੇ ਦੀ ਸੰਭਵ ਕੋਸ਼ਿਸ਼ ਦੇ ਨਾਲ ਜਿਹੜੀ ਅੱਗ ਹੈਗੀ ਹੈ ਬੁਝਾਈ ਹੈ, ਤਾਂ ਨਾਲ ਦੀ ਨਾਲ ਉਸ ਤਰੀਕੇ ਦੇ ਨਾਲ ਅੱਗ ਦੇ ਉੱਪਰ ਕਾਬੂ ਹੋ ਗਿਆ। ਅਗਰ ਮੌਸਮ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਹਵਾ ਜਿਹੜੀ ਹੈਗੀ ਸੀ ਤਾਂ ਪਰਮਿੰਦਰ ਉਹ ਘੱਟ ਸੀ, ਅਗਰ ਹਵਾ ਜ਼ਿਆਦਾ ਚੱਲਦੀ ਹੁੰਦੀ ਤਾਂ ਅੱਗ ਇੰਨੀ ਕੁ ਭਿਆਨਕ ਸੀ ਕਿ ਇਹ ਬੇਕਾਬੂ ਹੋ ਜਾਂਦੀ, ਬਹੁਤ ਅੱਗੇ ਤੱਕ ਫੈਲ ਜਾਂਦੀ। ਪਰ ਹਵਾ ਘੱਟ ਹੋਣ ਦੇ ਕਾਰਨ ਕਿਤੇ ਨਾ ਕਿਤੇ ਅੱਗ ਦੇ ਉੱਪਰ ਬਹੁਤ ਮੁਸ਼ਕਿਲ ਦੇ ਨਾਲ ਜਿਹੜਾ ਹੈਗਾ ਕੰਟਰੋਲ ਉਹ ਕੀਤਾ ਗਿਆ। ਤਾਂ ਹੁਣ ਪ੍ਰਸ਼ਾਸਨ ਪਹੁੰਚ ਗਿਆ ਉੱਥੇ, ਮੌਕੇ ਦੇ ਉੱਪਰ ਜਾਇਜ਼ਾ ਲਿਆ ਜਾ ਰਿਹਾ ਤਾਂ ਕਿ ਜਿਹੜੀ ਕਿਸਾਨ ਹੈਗੀ ਆ ਜਿਹਦਾ ਜਿਹੜੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਉਹਨਾਂ ਦੀ ਜਿਹੜੀ ਮਦਦ ਵੀ ਹੈਗੀ ਆ ਕੀਤੀ ਜਾਵੇ। ਚਰਨਜੀਤ, ਕੋਈ ਵਜ੍ਹਾ ਸਾਫ਼ ਹੋ ਪਈ ਹੈ? ਹਾਲਾਂਕਿ ਜਦੋਂ ਕਣਕ ਦੀ ਵਾਢੀ ਦਾ ਸੀਜ਼ਨ ਹੁੰਦਾ ਹੈ ਤੇ ਬਿਜਲੀ ਵਿਭਾਗ ਦੇ ਵੱਲੋਂ ਵੀ ਖਾਸ ਤੌਰ ਤੇ ਦੁਪਹਿਰ ਵੇਲੇ ਜਿਹੜੀ ਕਿ ਬਿਜਲੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਜਾਂਦੀ ਹੈ ਕਿ ਕਿਸੇ ਤਰ੍ਹਾਂ ਕੋਈ ਸ਼ਾਰਟ ਸਰਕਟ ਨਾ ਹੋਵੇ, ਕਿਸਾਨਾਂ ਦੀ ਫਸਲ ਨੂੰ ਅੱਗ ਨਾ ਲੱਗ ਜਾਵੇ, ਤਾਂ ਕੋਈ ਹੁਣ ਤੱਕ ਕੋਈ ਕਾਰਨ ਸਪਸ਼ਟ ਹੋਇਆ? ਫਿਲਹਾਲ ਹਜੇ ਤੱਕ ਕੋਈ ਪੁਖਤਾ ਜਿਹੜਾ ਸਹੀ ਕਾਰਨ ਉਹ ਤਾਂ ਪ੍ਰਮਿੰਦਰ ਲੱਭਿਆ ਨਹੀਂ ਜਾ ਰਿਹਾ, ਕਿਉਂਕਿ ਜਿਹੜੀ ਬਿਜਲੀ ਦੀ ਸਪਲਾਈ ਆ ਉਹ ਤਾਂ ਤੁਹਾਡੇ ਕਹਿਣ ਮੁਤਾਬਕ ਪਿੰਡਾਂ ਦੀ ਬਿਲਕੁਲ ਬੰਦ ਸੀ। ਦੁਪਹਿਰ ਦੁਪਹਿਰ ਜਦੋਂ ਸੂਰਜ ਚੜ ਜਾਂਦਾ ਉਸ ਤੋਂ ਲੈ ਕੇ ਸ਼ਾਮ ਤੱਕ ਲਗਭਗ ਜਿਹੜੇ ਪਿੰਡ ਨੇ ਪਿੰਡਾਂ ਦੀ ਬਿਜਲੀ ਬੰਦ ਸੀ, ਪਰ ਕਿਤੇ ਨਾ ਕਿਤੇ ਇੱਕ ਹੋਰ ਵੀ ਜਤਾਇਆ ਜਾ ਰਿਹਾ ਕਿ ਜਿਹੜੀ ਤੂੜੀ ਕਰਨ ਵਾਲੀ ਮਸ਼ੀਨ ਹੁੰਦੀ ਆ ਉਹਦੇ ਨਾਲ ਸ਼ਾਇਦ ਇਹ ਅੱਗ ਲੱਗੀ ਆ, ਉਹਦੇ ਸ਼ਾਰਟ ਸਰਕਟ ਹੋਣ ਦੇ ਕਾਰਨ ਕਿਤੇ ਨਾ ਕਿਤੇ ਇਹ ਅੱਗ ਲੱਗੀ ਆ। ਇਹ ਹਜੇ ਖਾਸਾ ਜਤਾਇਆ ਜਾ ਰਿਹਾ, ਪਰ ਇਹਨੂੰ ਹਜੇ ਤੱਕ ਪੂਰਾ ਪਰਫੈਕਟ ਨਹੀਂ ਆਪਾਂ ਕਹਿ ਸਕਦੇ, ਪਰ ਜਿਹੜਾ ਵੱਡੀ ਗੱਲ ਇਹ ਆ ਕਿ ਜਿਹੜੀ ਕਣਕ ਦਾ ਵੱਡਾ ਨੁਕਸਾਨ ਸੀ ਕਿਤੇ ਨਾ ਕਿਤੇ ਅੱਗ ਬੁੱਝ ਗਈ ਆ, ਅੱਗ ਜ਼ਿਆਦਾ ਨਹੀਂ ਫੈਲੀ, ਪਰ ਹਜੇ ਪੱਕੇ ਕਾਰਨ ਦਾ ਪਤਾ ਜਿਹੜਾ ਲੱਗ ਨਹੀਂ ਪਾਇਆ। ਠੀਕ ਹੈ ਚਰਨਜੀਤ, ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਹਾਲਾਂਕਿ ਇਹ ਕਾਰਨ ਸਪਸ਼ਟ ਨਹੀਂ ਹੋ ਸਕਿਆ ਕਿ ਅੱਗ ਲੱਗਣ ਦੀ ਵਜ੍ਹਾ ਕੀ ਰਹੀ। ਦਰਅਸਲ ਸੰਗਰੂਰ ਦੇ
ਦੋ ਪਿੰਡਾਂ ਦੇ ਖੇਤਾਂ ਦੇ ਵਿੱਚ ਜਿਹੜੀ ਕਿ ਭਿਆਨਕ ਅੱਗ ਲੱਗ ਜਾਂਦੀ ਹੈ। ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਮੋਰਚਾ ਸੰਭਾਲਿਆ ਜਾਂਦਾ ਹੈ। ਹਾਲਾਂਕਿ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ, ਪਰ ਸ਼ੇਰੋਂ ਪਿੰਡ ਦੇ ਵਿੱਚ 5 ਏਕੜ ਕਣਕ ਦੀ ਫਸਲ ਜਿਹੜੀ ਕਿ ਪੂਰੀ ਤਰ੍ਹਾਂ ਅੱਗ ਲੱਗਣ ਦੇ ਕਾਰਨ ਸੜ ਕੇ ਸਵਾਹ ਹੋ ਗਈ। ਇਸ ਤੋਂ ਪਹਿਲਾਂ ਸਮਾਣਾ ਤੋਂ ਵੀ ਅਜਿਹੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ, ਸਮਾਣਾ ਦੇ ਪਿੰਡ ਦੌਦੜਾ ਦੇ ਵਿੱਚ ਕਣਕ ਦੇ ਖੇਤਾਂ ਨੂੰ ਅੱਗ ਲੱਗ ਗਈ, ਜਿਸ ਦੇ ਕਾਰਨ 3 ਏਕੜ ਦੇ ਵਿੱਚ ਲੱਗੀ ਕਣਕ ਦੀ ਫਸਲ ਸਵਾਹ ਹੋ ਗਈ। ਇਸ ਦੇ ਨਾਲ ਹੀ 7 ਏਕੜ ਦੇ ਵਿੱਚ ਭਿਆਨਾੜ ਵੀ ਸੜ ਗਿਆ। ਫਾਇਰ ਬ੍ਰਿਗੇਡ ਨੇ ਕਾਫ਼ੀ ਮੁਸ਼ਕਤ ਦੇ ਨਾਲ ਅੱਗ 'ਤੇ ਹਾਲਾਂਕਿ ਕਾਬੂ ਪਾਇਆ। ਕਿਸਾਨ ਜਸਵੀਰ ਸਿੰਘ ਦੇ ਮੁਤਾਬਿਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕੰਬਾਈਨ ਦੇ ਨਾਲ ਵਾਢੀ ਕੀਤੀ ਜਾ ਰਹੀ ਸੀ। ਇਸ ਦੌਰਾਨ ਅਚਾਨਕ ਕੰਬਾਈਨ ਦੇ ਵਿੱਚ ਸਪਾਰਕਿੰਗ ਹੋਈ ਅਤੇ ਪੂਰੇ ਖੇਤ ਦੇ ਵਿੱਚ ਅੱਗ ਲੱਗ ਗਈ। ਤੁਹਾਨੂੰ ਸਮਾਣਾ ਅਤੇ ਸੰਗਰੂਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਲਗਾਤਾਰ ਵੱਖ ਵੱਖ ਜਗ੍ਹਾਵਾਂ ਤੋਂ ਅਜਿਹੀਆਂ ਤਸਵੀਰਾਂ ਜੋ ਸਾਹਮਣੇ ਆ ਰਹੀਆਂ ਨੇ, ਕਿਉਂਕਿ ਲਗਭਗ ਜਿਹੜੀ ਕਿ ਕਿਸਾਨਾਂ ਦੀ ਕਣਕ ਦੀ ਫਸਲ ਬਿਲਕੁਲ ਵੱਢਣ ਦੇ ਕੰਢੇ ਆ, ਪੂਰੀ ਤਰ੍ਹਾਂ ਪੱਕ ਚੁੱਕੀ ਹੈ। ਅਤੇ ਜਦੋਂ ਬਿਲਕੁਲ ਵੱਢਣ ਦੇ ਕੰਢੇ ਹੁੰਦੀ ਹੈ ਤਾਂ ਇਸ ਦੇ ਵਿਚਾਲੇ ਜਾਂ ਕੋਈ ਥੋੜ੍ਹਾ ਬਹੁਤਾ ਸਪਾਰਕ ਹੀ ਹੁੰਦਾ ਹੈ ਅਤੇ ਬਹੁਤ ਜਲਦੀ ਜਿਹੜੀ ਕਿ ਕਣਕ ਦੀ ਫਸਲ ਜਿਹੜੀ ਕਿ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ। ਹਾਲਾਂਕਿ ਲਗਾਤਾਰ ਬਿਜਲੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ, ਅਪੀਲ ਵੀ ਕੀਤੀ ਜਾ ਰਹੀ ਹੈ ਕਿ ਖਾਸ ਤੌਰ 'ਤੇ ਜਿਹੜੇ ਖੇਤਾਂ ਦੇ ਵਿੱਚ ਟਰਾਂਸਫਾਰਮਰ ਹੁੰਦੇ ਆ ਅਤੇ ਉਹਨਾਂ ਦੇ ਬਿਲਕੁਲ ਥੋੜ੍ਹੀ ਥੋੜ੍ਹੀ ਜਗ੍ਹਾ ਤੋਂ ਜਿਹੜੀ ਕਣਕ ਦੀ ਫਸਲ ਨੂੰ ਵੱਢ ਲਿਆ ਜਾਵੇ ਜਾਂ ਉਸ ਜਗ੍ਹਾ ਨੂੰ ਉਹਨੇ ਖੇਤ ਨੂੰ ਵਾਹ ਲਿਆ ਜਾਵੇ ਤਾਂ ਜੋ ਅੱਗ ਜਿਹੜੀ ਕਿ ਉਹ ਨਾ ਲੱਗ ਸਕੇ ਅਤੇ ਇਸ ਦੇ ਵਿਚਾਲੇ। ਪਰ ਫਿਰ ਵੀ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸਮਾਣਾ ਅਤੇ ਸੰਗਰੂਰ ਦੇ ਵਿੱਚ, ਜਿੱਥੇ ਕਿ ਕਿਸਾਨਾਂ ਦੀ ਫਸਲ ਦਾ ਅੱਗ ਲੱਗਣ ਦੇ ਕਾਰਨ ਵੱਡੇ ਪੱਧਰ 'ਤੇ ਨੁਕਸਾਨ ਹੋਇਆ। ਅੱਗੇ ਵਧਾਂਗੇ ਅਤੇ ਗੱਲ ਕਰਾਂਗੇ 24 ਦੇ ਚੈਂਪੀਅਨ ਦੀ। ਪੰਜਾਬ ਦੇ ਵਿੱਚ ਬੀਜੇਪੀ ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਬਰਨਾਲਾ ਦੇ ਵਿੱਚ ਅਰਵਿੰਦ ਖੰਨਾ ਦਾ ਵਿਰੋਧ ਹੋਇਆ, BKU ਗ੍ਰਾਹ ਜਥੇਬੰਦੀ ਦੇ ਵੱਲੋਂ ਇਹ ਵਿਰੋਧ ਕੀਤਾ ਗਿਆ। ਪੁਲਿਸ ਨੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ। ਕਿਸਾਨਾਂ ਨੇ ਇਸ ਦੌਰਾਨ ਜ਼ਬਰਦਸਤ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਇਸ ਦੇ ਵਿਚਾਲੇ ਅਰਵਿੰਦ ਖੰਨਾ ਦਾ ਇਹ ਬਿਆਨ ਵੀ ਸਾਹਮਣੇ ਆਇਆ। ਇਸ ਪ੍ਰਦਰਸ਼ਨ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਪ੍ਰਦਰਸ਼ਨਕਾਰੀਆਂ ਦੇ ਭੇਸ ਦੇ ਵਿੱਚ ਆਪ ਵਰਕਰ ਨੇ ਸਿੱਧੇ ਤੌਰ 'ਤੇ ਅਜਿਹੇ ਪ੍ਰਦਰਸ਼ਨਾਂ ਲਈ ਸਿੱਧੇ ਤੌਰ 'ਤੇ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਵੱਲੋਂ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਅਰਵਿੰਦ ਖੰਨਾ ਨੇ ਕਿਹਾ ਕਿ ਅਸਲੀ ਕਿਸਾਨ ਤਾਂ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ। ਅਰਵਿੰਦ ਖੰਨਾ ਨੂੰ ਸੰਗਰੂਰ ਤੋਂ ਟਿਕਟ ਦਿੱਤੇ ਜਾਣ ਦੀ ਚਰਚਾ ਹੈ ਅਤੇ ਇਸ ਦੇ ਵਿਚਾਲੇ ਉਹਨਾਂ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। BKU ਉਗਰਾਹਾਂ ਜਥੇਬੰਦੀ ਦੇ ਵੱਲੋਂ ਵਿਰੋਧ ਕੀਤਾ ਗਿਆ। ਹਾਲਾਂਕਿ ਪੁਲਿਸ ਨੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਵੀ, ਪਰ ਕਿਸਾਨਾਂ ਦੇ ਵੱਲੋਂ ਇਸ ਦੌਰਾਨ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਪਿੰਡਾਂ 'ਚ ਲੋਕ ਸਭਾ ਦੇ ਵੋਟਾਂ ਮੰਗਣ ਵਾਸਤੇ ਆਊਗੀ ਤਾਂ ਕਿਉਂਕਿ ਸਾਡੀਆਂ ਰਹਿੰਦੀਆਂ ਮੰਗਾਂ ਕੋਈ ਵੀ ਨਹੀਂ ਮੰਨੀਆਂ ਇਹਨਾਂ ਨੇ। ਲਖੀਮਪੁਰ ਖੀਰੀ ਦੇ ਸ਼ਹੀਦ ਹੁਣ ਤੱਕ ਸਾਡੇ ਵਿਚਾਰੇ ਜਿਹੜੇ ਉਹ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ, ਇਹ ਸਾਡੀ ਮੰਗ ਹੈਗੀ ਹੈ। ਸਾਡੇ ਕਿਸਾਨ ਜਿਹੜੇ ਆਪਣੇ ਹੱਕ ਲੈਣ ਵਾਸਤੇ ਬਾਰਡਰਾਂ 'ਤੇ ਬੈਠੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਵੱਡੇ ਵੱਡੇ ਬੈਰੀਗੇਡ ਲਾਏ ਨੇਗੇ, ਗੋਲੀਆਂ ਵਹਾਈਆਂ ਨੇ, ਸਾਡੀਆਂ ਮਾਵਾਂ ਦੀਆਂ ਗੋਦੀਆਂ ਸੁੰਨੀਆਂ ਕੀਤੀਆਂ ਨੇ, ਸਾਡੇ ਭਰਾਵਾਂ ਦੇ ਲੱਤਾਂ ਬਾਹਾਂ ਤੋੜੀਆਂ ਨੇਗੀਆਂ, ਫਿਰ ਇਹ ਭਾਜਪਾ ਦੇ ਲੀਡਰ ਕਿਵੇਂ ਸੋਚ ਸਕਦੇ ਨੇ ਕਿ ਅਸੀਂ ਪਿੰਡਾਂ 'ਚ ਆ ਜਾਵਾਂਗੇ। ਅੱਜ ਅਸੀਂ ਅਰਵਿੰਦ ਖੰਨਾ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਆਏ ਸੀ, ਪਰ ਅਸੀਂ ਸਾਰੇ ਜ਼ਿਲ੍ਹੇ 'ਚੋਂ ਜਿਹੜੇ ਆਪਦੇ ਕਿਸਾਨ ਸੀ ਕਚਹਿਰੀ ਚੌਂਕ 'ਚ ਇਕੱਠੇ ਸੀ, ਇੱਥੇ ਤਾਂ ਖੜਾਇਆ ਸੜਕ 'ਤੇ, ਸਾਨੂੰ ਪੁਲਿਸ ਨੇ ਆ ਗੱਡੀਆਂ ਮੂਹਰੇ ਲਾ ਕੇ ਉੱਥੇ ਜਾਣ ਨਹੀਂ ਦਿੱਤਾ ਅਤੇ ਇੱਥੇ ਪੁਲਿਸ ਨੇ ਗੱਡੀਆਂ ਟੇਢੀਆਂ ਕਰਕੇ ਸਾਡੇ ਸਾਧਨ ਰੋਕਿਆ, ਪੁਲਿਸ ਦਾ ਨਾਕਾ ਲੱਗਿਆ ਹੋਇਆ। ਤਾਂ ਕਿਸਾਨ ਯੂਨੀਅਨ ਨਹੀਂ ਕਰ ਰਹੀ, ਆਮ ਆਦਮੀ ਪਾਰਟੀ ਦੇ ਕਾਰਜਕਰਤਾ ਕਰ ਰਹੇ ਹੈ। ਇਹ ਕਿਸਾਨ ਤੋਂ ਵਿਚਾਰਾ ਖੇਤ 'ਚ ਬੈਠਾ, ਜਿਹਨਾਂ ਦੀ ਫਸਲ ਕੱਟ ਗਈ ਹੈ,
ਉਹ ਮੰਡੀ 'ਚ ਬੈਠਾ ਅਤੇ ਇਹ ਜੋ ਜਥੇਬੰਦੀਆਂ ਘੁੰਮ ਰਹੀ ਹੈ ਭਗਵੰਤ ਮਾਨ ਸਾਹਿਬ ਦੇ ਲੋਕ ਆ, ਕਿਸਾਨ ਨਹੀਂ ਹੈ। ਕਿਸਾਨ ਅੱਜ ਵਿਚਾਰਾ ਆਪਣੀ ਮਿਹਨਤ ਦੀ ਕਮਾਈ ਬਟੋਰਨ ਦੀ ਕੋਸ਼ਿਸ਼ ਕਰ ਰਿਹਾ, ਆਪਣੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ, ਆਪਣੇ ਪਰਿਵਾਰ ਨੂੰ ਅੱਗੇ ਲਿਜਾਉਣ ਦੀ ਕੋਸ਼ਿਸ਼ ਕਰ ਰਿਹਾ। ਜੋ ਆਪਣੇ ਕਿਸਾਨ ਆ ਉਹ ਬਿਲਕੁਲ ਮਿਹਨਤ ਕਰ ਰਹੇ, ਕੰਮ ਕਰ ਰਹੇ, ਔਰ ਭਾਰਤੀ ਜਨਤਾ ਪਾਰਟੀ ਪੰਜਾਬ, ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੀ, ਔਰ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਹੈ। ਸੋ ਲਗਾਤਾਰ ਬੀਜੇਪੀ ਆਗੂਆਂ ਨੂੰ ਜਿਹੜਾ ਕਿ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਸੰਗਰੂਰ ਦੀਆਂ, ਜਿੱਥੇ ਕਿ ਬੀਜੇਪੀ ਆਗੂ ਅਰਵਿੰਦ ਖੰਨਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵੱਡੀ ਗਿਣਤੀ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ। ਹਾਲਾਂਕਿ ਇਸ ਦੌਰਾਨ ਪੁਲਿਸ ਦੇ ਵੱਲੋਂ ਵੱਡੇ ਪੱਧਰ 'ਤੇ ਜਿਹੜੀ ਕਿ ਬੈਰੀਕੇਡਿੰਗ ਕੀਤੀ ਗਈ ਸੀ, ਕਿਸਾਨਾਂ ਨੂੰ ਰੋਕਿਆ ਗਿਆ। ਇਸੇ ਦੌਰਾਨ ਹੀ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ। ਦਰਅਸਲ ਅਰਵਿੰਦ ਖੰਨਾ ਬੀਜੇਪੀ ਆਗੂ ਜਿਹੜੇ ਇੱਥੇ ਪਹੁੰਚੇ ਹੋਏ ਸਨ ਅਤੇ ਇਸੇ ਦੌਰਾਨ ਉਹਨਾਂ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ। ਅਰਵਿੰਦ ਖੰਨਾ ਨੂੰ ਕਿਉਂਕਿ ਸੰਗਰੂਰ ਤੋਂ ਟਿਕਟ ਦਿੱਤੇ ਜਾਣ ਦੀ ਵੀ ਚਰਚਾ ਹੈ, ਜਿੱਥੇ ਕਿ ਲਗਾਤਾਰ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ, ਉੱਥੇ ਅਰਵਿੰਦ ਖੰਨਾ ਦਾ ਵੀ ਕਿਸਾਨਾਂ ਦਾ ਵਿਰੋਧ ਕੀਤਾ ਗਿਆ। ਤੁਹਾਨੂੰ ਬਰਨਾਲਾ ਦੀਆਂ ਤਸਵੀਰਾਂ ਵਿਖਾ ਰਹੇ ਕਿ ਇੱਥੇ ਇੱਕ ਵੱਡੀ ਗਿਣਤੀ ਵਿੱਚ ਕਿਸਾਨ ਅਰਵਿੰਦ ਖੰਨਾ ਦਾ ਵਿਰੋਧ ਕਰਨ ਦੇ ਲਈ ਪਹੁੰਚੇ। ਹਾਲਾਂਕਿ ਮੌਕੇ 'ਤੇ ਪੁਲਿਸ ਦੇ ਵੱਲੋਂ ਪੂਰੀ ਸਥਿਤੀ ਨੂੰ ਸੰਭਾਲਿਆ ਗਿਆ। ਬਟਾਲਾ ਦੇ ਫਤਿਹਗੜ੍ਹ ਚੂੜੀਆਂ ਦੇ ਵਿੱਚ ਵੀ ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਧੱਕਾ ਮੁੱਕੀ ਹੋਈ ਹੈ। ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਦਾ ਵਿਰੋਧ ਕਰਨ ਦੇ ਦਰਅਸਲ ਕਿਸਾਨ ਪਹੁੰਚੇ ਸਨ, ਪੁਲਿਸ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੌਰਾਨ ਕਿਸਾਨਾਂ ਦੇ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਗੁਰਦਾਸਪੁਰ ਤੋਂ ਦੱਸ ਦਈਏ ਕਿ ਬੀਜੇਪੀ ਉਮੀਦਵਾਰ ਨੇ ਦਿਨੇਸ਼ ਬੱਬੂ, ਇਸ ਤੋਂ ਪਹਿਲਾਂ ਵੀ ਦਿਨੇਸ਼ ਬੱਬੂ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਚੁੱਕਾ ਅਤੇ ਜਦੋਂ ਪ੍ਰਚਾਰ ਕਰਨ ਦੇ ਲਈ ਉਹ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਪਹੁੰਚੇ ਸਨ ਅਤੇ ਇਸੇ ਦੌਰਾਨ ਹੀ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਗਏ। ਹਾਲਾਂਕਿ ਪੁਲਿਸ ਦੇ ਵੱਲੋਂ ਵੀ ਪੂਰੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਪ੍ਰਬੰਧ ਕੀਤੇ ਗਏ ਸਨ, ਕਿਸਾਨਾਂ ਨੂੰ ਰੋਕਣ ਦੀ ਇਸ ਦੌਰਾਨ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਦਾ ਵਿਰੋਧ ਕਰਨ ਦੇ ਲਈ ਦਰਅਸਲ ਕਿਸਾਨ ਜਦੋਂ ਪਹੁੰਚੇ ਹੋਏ ਸਨ, ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਨੇ, ਜਿਨ੍ਹਾਂ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਤਿਹਗੜ੍ਹ ਚੂੜੀਆਂ ਤੁਹਾਨੂੰ ਇਸ ਤਸਵੀਰਾਂ ਵਿਖਾ ਰਹੇ ਹਾਂ। ਫਤਿਹਗੜ੍ਹ ਚੂੜੀਆਂ ਜਿਹੜਾ ਇੱਕ ਵਿਧਾਨ ਸਭਾ ਹਲਕਾ ਹੈ, ਗੁਰਦਾਸਪੁਰ ਲੋਕ ਸਭਾ ਹਲਕੇ ਦੇ ਅਧੀਨ ਹੀ ਇਹ ਆਉਂਦਾ ਹੈ ਅਤੇ ਇਸੇ ਦੌਰਾਨ ਫਤਿਹਗੜ੍ਹ ਚੂੜੀਆਂ ਦੇ ਵਿੱਚ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਜਿਹੜੇ ਕਿ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਨ ਤਾਂ ਉਹਨਾਂ ਦਾ ਵਿਰੋਧ ਕਰਨ ਦੇ ਲਈ ਕਿਸਾਨ ਵੀ ਪਹੁੰਚ ਗਏ। ਰੁੱਖ ਕਰਾਂਗੇ ਅਗਲੀ ਵੱਡੀ ਖਬਰ ਦਾ। ਰਾਂਚੀ ਦੇ ਵਿੱਚ ਰੈਲੀ ਦੇ ਦੌਰਾਨ ਹੰਗਾਮਾ ਹੋਇਆ, ਇੰਡੀਆ ਗੱਠਜੋੜ ਦੀ ਰੈਲੀ ਦੇ ਦੌਰਾਨ ਹੰਗਾਮਾ ਹੋਇਆ। ਰੈਲੀ ਦੌਰਾਨ ਦੋ ਗੁੱਟਾਂ ਦੇ ਵਿਚਕਾਰ ਇਹ ਝੜਪ ਹੋਈ ਹੈ, ਦੋਹਾਂ ਗੁੱਟਾਂ ਦੇ ਵਿਚਾਲੇ ਕੁਰਸੀਆਂ ਤੱਕ ਚੱਲੀਆਂ ਨੇ। ਇੱਕ ਕਾਂਗਰਸੀ ਆਗੂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਇੱਥੇ ਕਿ ਝਾਰਖੰਡ ਦੇ ਰਾਂਚੀ ਦੇ ਵਿੱਚ ਇੰਡੀਆ ਅਲਾਇੰਸ ਦੀ, ਇੰਡੀਆ ਗੱਠਜੋੜ ਦੀ ਜਿਹੜੀ ਇੱਕ ਰੈਲੀ ਚੱਲ ਰਹੀ ਹੈ ਅਤੇ ਇਸੇ ਦੌਰਾਨ ਹੀ ਇਹ ਹੰਗਾਮੇ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਦੋ ਗੁੱਟ, ਦੋ ਧੜੇ ਆਮੋ ਸਾਹਮਣੇ ਹੁੰਦੇ ਨੇ, ਇੱਕ ਦੂਜੇ 'ਤੇ
ਜਿਹੜੀਆਂ ਕਿ ਕੁਰਸੀਆਂ ਸੁੱਟੀਆਂ ਜਾਂਦੀਆਂ ਨੇ, ਕੁਰਸੀਆਂ ਦੇ ਨਾਲ ਵਾਰ ਕੀਤਾ ਜਾਂਦਾ ਹੈ। ਦੱਸਿਆ ਜਾ ਰਿਹਾ ਕਿ ਆਰ ਜੇ ਡੀ ਅਤੇ ਕਾਂਗਰਸ ਦੇ ਵਰਕਰ ਆਪਸ ਦੇ ਵਿੱਚ ਭਿੜੇ ਸਨ, ਦੋਵੇਂ ਪਾਰਟੀਆਂ ਦੇ ਵਰਕਰ ਆਹਮੋ ਸਾਹਮਣੇ ਹੋ ਜਾਂਦੇ ਅਤੇ ਇਸ ਦੌਰਾਨ ਇੱਕ ਦੂਜੇ 'ਤੇ ਕੁਰਸੀਆਂ ਤੱਕ ਵੀ ਚਲਾਈਆਂ ਜਾਂਦੀਆਂ ਨੇ। ਤਸਵੀਰਾਂ ਦੇ ਵਿੱਚ ਵੀ ਇਹ ਪੂਰਾ ਘਟਨਾਕ੍ਰਮ ਜੋ ਕਿ ਕੈਦ ਹੋਇਆ, ਇੱਕ ਕਾਂਗਰਸੀ ਆਗੂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਵੱਡਾ ਇਕੱਠ ਜਿਹੜਾ ਕਿ ਆਗੂਆਂ ਦਾ, ਵਰਕਰਾਂ ਦਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਅਤੇ ਇਸੇ ਦੌਰਾਨ ਹੰਗਾਮੇ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ। ਹੁਣ ਸਿੱਧਾ ਰੁੱਖ ਕਰਾਂਗੇ ਇਸ ਰੈਲੀ ਦਾ, ਝਾਰਖੰਡ ਦੇ ਰਾਂਚੀ ਦਾ ਰੁੱਖ ਕਰਾਂਗੇ ਜਿੱਥੇ ਕਿਸ ਵੇਲੇ ਸੁਨੀਤਾ ਕੇਜਰੀਵਾਲ ਬੋਲ ਰਹੇ ਨੇ। ਉਨ੍ਹਾਂ ਕਿਹਾ ਹੈ ਕਿ ਅਗਰ ਆਪ ਇਸ ਬਾਰ ਇੰਡੀਆ ਗਠਬੰਧਨ ਕੋ ਮੌਕਾ ਦੇਤੇ ਹੈ, ਜ਼ਿੰਮੇਦਾਰੀ ਸੌਂਪਤੇ ਹੈ, ਤੋ ਹਮ ਸਭ ਮਿਲਕਰ ਇਸ ਦੇਸ਼ ਕੋ ਬਹੁਤ ਮਹਾਨ ਬਣਾਏਂਗੇ। ਕੇਵਲ ਨਾਮ ਮੇ ਹੀ ਇੰਡੀਆ ਗਠਬੰਧਨ ਨਹੀਂ ਹੈ, ਹਮਾਰੇ ਸਭ ਕੇ ਦਿਲ ਮੇ ਇੰਡੀਆ ਹੈ। ਉਨ੍ਹੋਨੇ ਸਭ ਕੇ ਲਈ 6 ਗਾਰੰਟੀ ਦੀ ਹੈ। ਪਹਿਲੀ, ਪੂਰੇ ਦੇਸ਼ ਮੇ 24 ਘੰਟੇ ਬਿਜਲੀ ਮਿਲੇਗੀ, ਕੋਈ ਪਾਵਰ ਕੱਟ ਨਹੀਂ ਹੋਗਾ। ਦੂਸਰੀ, ਹਰ ਗਰੀਬ ਕੋ ਫ੍ਰੀ ਬਿਜਲੀ ਮਿਲੇਗੀ, ਮਿਲਣੀ ਚਾਹੀਏ ਬਿਜਲੀ ਫ੍ਰੀ ਗਰੀਬ ਕੋ। ਤੀਸਰੀ, ਹਰ ਗਾਓ ਮੇ ਹਰ ਮੁਹੱਲੇ ਮੇ ਸਰਕਾਰੀ ਸਕੂਲ ਬਣੇਗੇ, ਜਹਾਂ ਅੱਛੀ ਔਰ ਫ੍ਰੀ ਸਿਕਸ਼ਾ ਮਿਲੇਗੀ। ਚੌਥੀ, ਹਰ ਗਾਓ ਹਰ ਮੁਹੱਲੇ ਮੇ ਮੁਹੱਲਾ ਕਲੀਨਿਕ ਬਣੇਗੇ, ਹਰ ਜ਼ਿਲ੍ਹੇ ਮੇ ਮਲਟੀ ਸਪੈਸ਼ਲਿਟੀ ਹਸਪਤਾਲ ਬਣੇਗੇ, ਜਹਾਂ ਪਰ ਹਰ ਦੇਸ਼ਵਾਸੀ ਕਾ ਫ੍ਰੀ ਔਰ ਅੱਛਾ ਸ਼ਾਨਦਾਰ ਇਲਾਜ ਹੋਗਾ। ਪਾਂਚਵੀਂ, ਕਿਸਾਨੋ ਕੋ ਸਵਾਮੀਨਾਥਨ ਆਯੋਗ ਕੇ ਮੁਤਾਬਿਕ ਫਸਲੋਂ ਕੇ ਵਾਜਿਬ ਦਾਮ ਮਿਲੇਂਗੇ। ਔਰ ਆਖਰੀ, ਦਿੱਲੀ ਕੋ ਪੂਰਨ ਰਾਜੇ ਕਾ ਦਰਜਾ ਦਿਲਾਏਂਗੇ। ਯੇ ਸਭੀ 6 ਗਾਰੰਟੀ 5 ਸਾਲ ਮੇ ਪੂਰੀ ਕਰੇਂਗੇ। ਇਸਕਾ ਪੈਸਾ ਕਹਾਂ ਸੇ ਆਏਗਾ, ਇਸਕੀ ਵੀ ਪਲੈਨਿੰਗ ਹੋ ਗਈ ਹੈ। ਆਪ ਸਭੀ ਲੋਗੋ ਕਾ ਬਹੁਤ ਪਿਆਰ ਮਿਲਾ ਹੈ ਹਮਕੋ ਸਭਕੋ। ਆਪਕੇ ਆਸ਼ੀਰਵਾਦ ਸੇ ਹੀ ਔਰ ਪਿਆਰ ਸੇ ਹੀ, ਪਿਆਰ ਕੀ ਵਜ੍ਹਾ ਸੇ ਹੀ ਅਰਵਿੰਦ ਜੀ ਔਰ ਹੇਮੰਤ ਸੋਰੇਨ ਜੀ ਇਨ ਤਾਨਾਸ਼ਾਹੀ ਤਾਕਤਵਰ ਲੋਗੋ ਸੇ ਸੰਘਰਸ਼ ਕਰ ਰਹੇ ਹੈ। ਆਪ ਸਭੀ ਇਸ ਸੰਘਰਸ਼ ਕੇ ਸਮੇਂ ਮੇ ਹਮਾਰੇ ਸਾਥ ਰਹੀਏ, ਹਮੇ ਆਸ਼ੀਰਵਾਦ ਚਾਹੀਏ ਹੇਮੰਤ ਜੀ ਕੋ, ਅਰਵਿੰਦ ਜੀ ਕੋ।